अस्सलाम वालेकुम नाज़रीन बेलियो दोस्तों, तुसा साड़ी वीडियो ने बड़ा पसंद किया, शुक्रिया तुहाडा। ते इस तरह भाई इंशाल्लाह जे तुहाडे भरावां दी मदद रही, तुसी साड़े वीडियो ने वेखते रहे, लाइक करते रहे, ते इंशाल्लाह असी नवीं वीडियो लैके तुहाडी खिदमत विच हाजिर हुंदे रसां। क्योंकि किसी नूं हसावणा वी ना, इह वी बड़ी खुशी दी गल हुंदी है। ते बस मज़ाइया तौर ते ही भाई एक अज बेलिया दोस्तां कोल बैठा, इहना फिर अज क्या यार शौकत कोई साडी फरमाइश ते कोई गल सुना सुना हां भाई की सुनदे ने मौलवी वाली च सुना जिहड़ी सुनाई अगे कोई त्रै चार दिन पहले। ठीक है जनाब, लो भी एक पिंड थां दे विच मस्जिद आई, ते इमाम मस्जिद केड़ा ना उन्हें कुदे कम पै गया, ते ओ शगिर्द उन्दा मसीते बैठा। ठीक है, ते ओ उन्दे कोल इक इलान आ गया। सही, हुण इलान के आया, उन्हें आखा भाई यार आए काका इलान करी। उन्हें जी चाचू केड़ा इलान करना है, ओ शगिर्द बैठा ना मौलवी साहब दा। सही है, उन्हें जी इलान ये करया है कि ओ अपना वल्ला गुबार नहीं जा, ओ मर गया है। क्योंकि आप आपकी बोलियां आदि, कोई आंदे जी वफात पा गया, कोई आंदे जी इंतकाल कर गया, उन्हें बोली है उन्हें जी ਉਹ ਮੋਇਆ ਪੀ ਆਈ ਤੇ ਉਹਦਾ ਐਲਾਨ ਕਰ ਦੇਵੀ। ਠੀਕ ਹੈ, ਉਹਨੇ ਠੀਕ ਹੈ ਜੀ, ਉਹ ਅਜੇ ਬਾਲ ਹੁਣ ਆਉਂਦਾ ਜੀ, ਚਲੋ ਠੀਕ ਹੈ ਜੀ ਮੈਂ ਕਰ ਦਿੰਦਾ। ਸਹੀ ਹੈ, ਉਹਨੇ ਆਹ ਚਲੋ ਉਸਤਾਦ ਆਉਂਦੇ ਤਾਂ ਨਵਾਬ ਸਾਹਿਬ ਆਪ ਸਮਝ ਨਾ ਕਰਸੀ। ਉਹ ਅਜੇ ਇਸੇ ਸੋਚਾਂ 'ਚ ਬੈਠਾ ਹੈ। ਉੱਤੋਂ ਆ ਗਏ ਜੀ ਕਸਾਈ, ਜੁਮੇ ਰਾਤ ਆਈ। ਸਹੀ, ਉਹਨੇ ਉਹ ਜੀ ਗੋਸ਼ਤ ਫੱਟੇ ਤੇ ਹੋਇਆ ਪੀ ਹੈ, ਤੇ ਬਸ ਗਾਹਕਾਂ ਦੇ ਇੰਤਜ਼ਾਰ ਹੈ। ਤੇ ਬਈ ਬੇਲੀਓ ਦੋਸਤੋ ਐਲਾਨ ਕਰ ਦੇਵੇ, ਬੇਲੀ ਦੋਸਤ ਸਾਰੇ ਆ ਜਾਂਦੇ, ਮੈਂ ਗੋਸ਼ਤ ਲਿਜਾ ਸਕਦੇ। ਸਹੀ, ਉਹਨੇ ਜੀ ਹੋਇਆ ਪੀ ਹੈ, ਉਹਨੇ ਕਿਹਾ ਬਿਲਕੁਲ ਫੱਟੇ ਤੇ ਹੋਇਆ ਪੀ ਹੈ। ਉਹਨੇ ਕਿਹਾ ਠੀਕ ਹੈ ਜੀ, ਹੁਣੇ ਮੈਂ ਕਰਨਾ। ਉਹ ਅਜੇ ਕੀ ਆ ਤੂੰ ਮੀਆਂ ਚੌਰੀ ਸਾਹਿਬ ਪਿੰਡ ਤੇ ਆ ਗਿਆ। ਠੀਕ ਹੈ, ਉਹਨੇ ਆਖਿਆ ਯਾਰ ਕਾਕਾ ਕਿਤੇ ਕੀ ਆ ਤੇਰਾ ਉਸਤਾਦ? ਉਹਨੇ ਆਖਿਆ ਜੀ ਉਸਤਾਦ ਹੋਰੀ ਕਿਤੇ ਗਏ, ਉਹਨਾਂ ਨੇ ਐਲਾਨ ਕਰਨਾ, ਤੇ ਉਹਨੇ ਆਖਿਆ ਜੀ ਮੈਨੂੰ ਚੌਰੀ ਸਾਹਿਬ ਦੱਸੋ ਮੈਂ ਕਰ ਦੇਣਾ। ਠੀਕ ਹੈ, ਉਹਨੇ ਗੱਲ ਇਹ ਹੈ ਵੀ ਐਲਾਨ ਇਹ ਕਰਨਾ ਹੈ ਵੀ ਜਿਹੜੇ ਨਾ ਖੋਤੀਆਂ ਰਾਤੀ ਖੁੱਲੀਆਂ ਝੱਛੜ ਦੇਣ, ਤੇ ਚਾਰ ਸਵੇਰੇ ਪਿੰਡ ਦੇ ਬਾਈਏ ਤੇ ਬੜਾ ਰਾਤੀ ਉਜਾੜਾ ਕਰਦੀਆਂ। ਬਿਲਕੁਲ, ਤੇ ਖਬਰਦਾਰ ਅੱਜ ਰਾਤੀ ਕੋਈ ਖੋਤੀਆਂ ਨਾ ਖੁੱਲੀਆਂ ਛੱਡੇ, ਜੇ ਖੋਤੀ ਕੋਈ ਖੁੱਲੀ ਛੁੱਟੀ ਮੈਨੂੰ ਲੱਭ ਗਈ ਤੇ ਬਈ ਮੈਂ ਬੁਰਾ ਪੇਸ਼ਾਸ ਹਾਂ। ਉਹਨੇ ਆਖਿਆ ਜੀ ਠੀਕ ਹੈ ਕਰ ਦਿੰਦੇ ਹਾਂ ਚੌਰੀ ਸਾਹਿਬ। ਹੁਣ ਚੌਰੀ ਸਾਹਿਬ ਗਈ ਹੈ ਤੇ ਮਗਰੂ ਮੀਆਂ ਤਬਲੀਗ ਜਮਾਤ ਵਾਲੇ ਆ ਗਏ, ਨਾਲ ਦੂਈ ਮਸੀਤ ਵਿੱਚ ਤਬਲੀਗ ਜਮਾਤ ਵਾਲੇ ਬੈਠੇ ਆ। ਉਹਨੇ ਆਖਿਆ ਜੀ ਮੌਲਵੀ ਸਾਹਿਬ ਕਿੱਥੇ ਗਏ? ਉਹਨੇ ਕਿਹਾ ਜੀ ਦੱਸੋ ਜੀ ਹਜ਼ਰਤ ਸਾਹਿਬ ਫਰਮਾਓ। ਉਹਨੇ ਕਿਹਾ ਯਾਰ ਇਹ ਐਲਾਨ ਕਰਨਾ ਹੈ ਵੀ ਤਬਲੀਗ ਜਮਾਤ ਵਾਲੇ ਆਏ ਬੰਦੇ ਨੇ, ਤੇ ਕੋਈ ਅੱਲਾ ਦੇ ਬੰਦੇ ਆਵਣ ਸਾਡੇ ਕੋਲ ਤੇ ਦੀਨ ਇਸਲਾਮ ਦੀ ਗੱਲ ਸਿਖਾ ਸਕ। ਸਹੀ ਸਹੀ, ਗਿਣੀ ਆਉਂਦੇ ਨੇ ਐਲਾਨ ਚੌਥਾ ਕਸਾਈ ਦਾ ਤੇ ਇੱਕ ਚੌਰੀ ਸਾਹਿਬ ਦਾ ਖੋਤੀਆਂ ਬੰਦਾ ਛੱਡਿਆ ਤਬਲੀਗ ਜਮਾਤ ਵਾਲੇ ਆ ਗਏ। ਹੁਣ ਐਲਾਨ ਚਾਰ ਹੋ ਗਏ, ਉਹ ਵੀ ਆਖਦੇ ਗਿਆ ਚਲ ਹੁਣ ਛੂਰ ਘਬਰਾ ਗਿਆ ਵੀ ਉਸਤਾਦ ਅਜੇ ਆਇਆ ਨਾ, ਤੇ ਐਲਾਨ ਵੀ ਚਾਰ ਹੋ ਗਏ ਇਕੱਠੇ। ਸਹੀ ਹੈ, ਤੇ ਉਹਨੇ ਆਉਂਦੇ ਤਾਂ ਮਤਲਬ ਮੈਨੂੰ ਚੇਤਾ ਹੀ ਨਾ ਭੁੱਲ ਜਾਵੇ, ਇਹ ਚਲ ਹੋਵੇ ਨਾ ਤਾਂ ਮੈਂ ਆਪ ਹੀ ਕਰ ਛੱਡਣਾ। ਸਹੀ ਹੈ, ਸਹੀ ਹੁਣ ਚਾਰੇ ਐਲਾਨ ਸ਼ਾਰਟਕੱਟ, ਛੂਰਾ ਘਬਰਾ ਗਿਆ। ਉਹਨੇ ਹੁਣ ਆਖਿਆ ਵੀ ਐਲਾਨ ਇਹ ਹੁਣ ਇੱਕ ਕਰਾਂ ਤੇ ਦੂਆ ਕਰਨ ਲੱਗਿਆ ਚੇਤਾ ਨਾ ਭੁੱਲ ਜਾਵੇ। ਉਹਨੇ ਹੁਣ ਸ਼ਾਰਟਕੱਟ ਐਲਾਨਾਂ ਦਾ ਮਾਰਾ ਤੇ ਕੀ ਪਿਆ ਕਿ ਹਜ਼ਰਾਤ ਆ ਬਈ ਮੇਰਾ ਇੱਕ ਐਲਾਨ ਸੁਣ ਲਵਿਆ ਜ਼ਰਾ ਗੌਰ ਨਾਲ। ਬੰਦਾ ਬੜਿਆ ਕੰਨ ਲਾਇਆ ਵੀ ਕਿਹੜਾ ਐਲਾਨ? ਉਹਨੇ ਜੀ ਉਹ ਵੱਲਾ ਗਬਾਰ ਮੋਇਆ ਪਿਆ ਨੇ ਤੇ ਗੋਸ਼ਤ ਫੱਟੇ ਤੇ ਹੋਇਆ ਪਿਆ ਨੇ, ਠੀਕ ਹੈ, ਤੇ ਖੋਤੀਆਂ ਰਾਤੇ ਖੁੱਲੀਆਂ ਨਾ ਛੱਡਿਆ ਤਬਲੀਗ ਜਮਾਤ ਵਾਲੇ ਆਏ ਬੰਦੇ ਨੇ, ਠੀਕ ਹੈ। ਓਕੇ ਜੀ ਬੇਲੀਓ ਦੋਸਤੋ, ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਫਿਰ ਇਸ ਹੋਰ ਅੱਛੇ ਲਤੀਫੇ ਲੈ ਤੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਸਾਂ। ਉਸ ਵਕਤ ਤੱਕ ਰੱਬ ਖਾਸ।